ਇਹਦੇ ਕਹਿ ਸਰੀਆਂ ਵਾਲਾ ਚੱਲਦਾ ਜਾਲਾ 49 ਸਰੀਆਂ ਵਾਲਾ ਜੀ 49 ਵਾਲਾ ਫਿਰ ਲੈ ਕੇ ਕੰਮ ਕੀ ਕੁਛ ਕਰਾਇਆ ਮਸ਼ੀਨ ਦਾ ਲੈ ਕੇ ਜੀ ਬਸ ਇਹਦੇ ਕਿਵੇਂ ਫਿੰਗਰਾਂ ਪਾਈਆਂ ਨੇ ਜਾਂ ਬਲੇਡ ਬਦਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰ ਦੋ ਸਭ ਠੀਕ ਠਾਕ ਹੋਵੋਗੇ ਅੱਜ ਕਾਲੇ ਨੇ ਲਿਆਂਦੀ ਸੀ ਤੂੜੀ ਵਾਲੀ ਮਸ਼ੀਨ ਨਵਾਂ ਟਰੈਕਟਰ ਤੇ ਮਸ਼ੀਨ 2015 ਮਾਡਲ ਆ ਕਾਲੇ ਨਾਲ ਕਰਦਿਆਂ ਗੱਲਬਾਤ ਜੋ ਵੱਡੇ ਸੀਗੇ ਕਿੰਨੇ ਦਿਨ ਹੋ ਗਏ ਜੋ ਵੱਡੇ ਨੂੰ ਲੱਗਾ ਵੀ ਦੇਖਦੇ ਆ ਵੀ ਬਾਤਦਾ ਕੁਝ ਕੀ ਵੱਲ ਕਿਵੇਂ ਆ ਕਾਲੇ ਆ ਵਧੀਆ ਚਾਚਾ ਵਧਾਈਆਂ ਤੈਨੂੰ ਭਾਈ ਮਸ਼ੀਨ ਦੀਆਂ ਤੈਨੂੰ ਵੀ ਚਾਚਾ ਬਹੁਤ ਬਹੁਤ ਭਾਈ ਤੈਨੂੰ ਵੀ ਵਧਾਈਆਂ ਕਿਹੜਾ ਮਾਡਲ ਆ ਮਸ਼ੀਨ ਮਸ਼ੀਨ ਆ ਜੀ 15 ਮਾਡਲ ਜੀ ਠੀਕ ਆ ਵਿਸ਼ਕਰਮਾਲਾ ਦੀ ਲਿਆਂਦੀ ਹਾਂਜੀ ਠੀਕ ਕਿੰਨੇ ਦੀ ਲਈ ਆ ਇਹ ਜੀ 155 ਦੀ ਜੀ 155 ਦੀ ਹਾਂਜੀ ਨਵਾਂ ਟਰੈਕਟਰ ਲਾਤਾ ਹੈ ਹਾਂਜੀ ਅੱਛਾ ਦੋਨੋਂ ਮਸ਼ੀਨ ਇਹਦੀ ਆ ਟਰੈਕਟਰ ਮੇਰਾ ਜੀ ਮਸ਼ੀਨ ਇਹ ਵੀਰੇ ਦੀ ਆ ਜੀ ਠੀਕ ਆ ਹਾਂਜੀ ਪਿੰਡ ਚਲਾਓਗੇ ਫਿਰ ਇਹਦੀ ਹਾਂਜੀ ਪਿੰਡ ਵੀ ਚਲਾਵਾਂਗੇ ਜਿੰਨੀ ਕੁ ਚੱਲੀ ਕੁਛ ਬਾਹਰ ਵੀ ਲਾਵਾਂਗੇ ਜੀ ਠੀਕ ਆ ਹਾਂਜੀ ਜੋ ਕਿਤਨੇ ਵੱਡੇ ਸੀਗੇ ਇਹ ਹੋ ਗਿਆ ਜੀ ਅੱਜ 5 ਦਿਨ ਹੋ ਗਏ ਜੀ ਵੱਡੇ ਜੋ ਵੱਡੇ ਨੂੰ ਹਾਂਜੀ ਕਿਵੇਂ ਰਿਹਾ ਨਿਕਾਲ ਵਧੀਆ ਹਾਂਜੀ ਨਿਕਾਲ ਇਹ 3.5 ਵਿਗੇ ਥਾਂ ਸੀਗਾ ਜੀ 18 ਕੁਇੰਟਲ ਜਾਂ ਹੋ ਗਏ ਜੀ ਠੀਕ ਆ ਫਿਰ ਤਾਂ ਵਧੀਆ ਨੇ ਹਾਂਜੀ ਹਾਂ ਅੱਜ ਫਿਰ ਤੂੜੀ ਬਣਾਉਣ ਲੱਗ ਗਏ ਹਾਂ ਅੱਜ ਤੂੜੀ ਜੀ ਅੱਜ ਚੈੱਕ ਹੀ ਕਰਕੇ ਦੇਖ ਲਿਓ ਹਾਂਜੀ ਅੱਜ ਚੈੱਕ ਕਰਕੇ ਦੇਖ ਲਿਆ ਜੀ ਫਿਰ ਲੈ ਕੇ ਕੰਮ ਕੀ ਕੁਛ ਕਰਾਇਆ ਮਸ਼ੀਨ ਦਾ ਲੈ ਕੇ ਜੀ ਬਸ ਇਹਦੇ ਕਿਵੇਂ ਫਿੰਗਰਾਂ ਪਾਈਆਂ ਨੇ ਜਾਂ ਬਲੇਡ ਬਦਲੇ ਨੇ ਕੋਈ ਮਤਲਬ ਬਾਕੀ ਦਾ ਗਲੀਸ ਹੀ ਕਰਿਆ ਸਾਰੀ ਨੂੰ ਗਲੀਸ ਕਰਕੇ ਚਲਾਈ ਆ ਜਾਲ ਜੂਲ ਨਹੀਂ ਪਾਇਆ ਨਵਾਂ ਜਾਲ ਵੀ ਪਾਇਆ ਜੀ ਜਾਲ ਨਵਾਂ ਪਾ ਹਾਂਜੀ ਠੀਕ ਹੈ ਇਹਦੇ ਕਹਿ ਸਰੀਆਂ ਵਾਲਾ ਚੱਲਦਾ ਜਾਲ 49 ਸਰੀਆਂ ਵਾਲਾ ਜੀ 49 ਵਾਲਾ ਹਾਂਜੀ ਕਿਹੜੀ ਗੱਲ ਆ ਗਈ ਜਦੋਂ ਕੁਛ ਕਰ ਚਲਾਵਾਂਗੇ ਕੁਛ ਕਮਾਵਾਂਗੇ ਜਦੋਂ ਮਿਹਨਤ ਕਰਾਂਗੇ ਉਹਦਾ ਮੁੱਲ ਮਿਲੂਗਾ ਘਰੇ ਬੈਠੇ ਨੂੰ ਤਾਂ ਮੰਨ ਕੇ ਚੱਲ ਆ ਵੀ ਪੱਲੇ ਪੈਂਦਾ ਵੀ ਹੈ ਨੀ ਗਾ ਹਾਂਜੀ ਹੁਣ ਕੁਛ ਨੀ ਜੇ ਬਾਲਾ ਨੀ ਤਾਂ ਅੱਧ ਤਾਂ ਬਚਾਊਗੀ ਹਾਂਜੀ ਆਪਦੀ ਤੂੜੀ ਤਾਂ ਫ੍ਰੀ ਬਣੂਗੀ 55 ਚੋ ਜੇ ਮੰਨ ਲਾ ਵੀ ਅੱਧ 27.5 ਖਰਚਿਆ ਵੀ ਹੋ ਗਿਆ 27.5 ਤਾਂ ਬਚੂਗਾ ਤਾਂ ਹੀ ਲਈ ਦੋਨੇ ਚਲਾਉਣ ਵਾਲੇ ਤੁਸੀਂ ਮਿਹਨਤੀ ਆ ਤੇ ਮਿਹਨਤੀ ਹੋ ਦੋਨੇ ਤੁਸੀਂ ਸੁਪਰ ਸੀਡਰ ਦਾ ਸੀਜ਼ਨ ਲਾਇਆ ਦੋਨਾਂ ਨੇ ਰਲ ਕੇ ਲਾਇਆ ਜੀ ਅੱਛਾ ਹਾਂ ਉਹ ਵੀ ਚਲਾਇਆ ਸਾਂਝੇ ਚਲਾਇਆ ਸੀ ਦੋਨਾਂ ਜਾਣਿਆਂ ਨੇ ਉਹ ਨਵਾਂ ਲੈਂਦਾ ਸੀ ਉਹ ਵੀ ਕਿ ਚੱਲਦਾ ਉਹ ਵੀ ਚੱਲਦਾ ਰਹਿਤਾ ਸੀਗਾ ਵਧੀਆ ਚੱਲਿਆ ਹੈ ਹਾਂਜੀ ਪੂਰਾ ਵਧੀਆ ਚੱਲ ਵਧੀਆ ਤੇ ਜੇ ਕਿਸੇ ਨੇ ਤੂੜੀ ਪਲਾਉਣੀ ਹੋਵੇ ਫਿਰ ਤੁਹਾਡਾ ਨੰਬਰ ਕਿੰਨਾ ਕੰਟੈਕਟ ਨੰਬਰ 98770 ਜੀ 61000 61000 ਹਾਂਜੀ ਠੀਕ ਆ ਹਾਂਜੀ ਜਿੱਥੇ ਵੀ ਮੰਨ ਕੇ ਚੱਲ ਏਰੀਏ 'ਚ ਚਲਾਉਣੀ ਹੋਵੇ ਉੱਥੇ ਆਪਣੇ ਨੇੜੇ ਤੇੜੇ ਚਲਾਓਗੇ ਹਾਂਜੀ ਹਾਂ ਠੀਕ ਆ ਤੇ ਟਰਾਲੀਆਂ ਫਿਰ ਇਸ ਵਾਰ ਤਾਂ ਕਿਰਾਏ 'ਤੇ ਲਈ ਆ ਹਾਂਜੀ ਮੈਂ ਕਿਰਾਏ 'ਤੇ ਇਹਦੇ ਕੋਲ ਆਪਦੀ ਆ ਆਪਦੀ ਆ ਠੀਕ ਆ ਆਹ ਚੱਲ ਗਾਹਾਂ ਨੂੰ ਵਧੀਆ ਲੱਗਿਆ ਹਾਂ ਗਾਹਾਂ ਨੂੰ ਫਿਰ ਆਪਦੀ ਤਾਂ ਉਹ ਇੱਧਰ ਨੂੰ ਆ ਜਾਓ ਤੇ ਇੱਕ ਵਧੀਆ ਚੱਲ ਗਿਆ ਕੰਮ ਗਾਹਾਂ ਨੂੰ ਗਾਹਾਂ ਨੂੰ ਫਿਰ ਲੈ ਲਾਂਗੇ ਜੀ ਠੀਕ ਆ ਹਾਂਜੀ ਹਾਂ ਮਸ਼ੀਨਾਂ ਇਹਨਾਂ ਦੀਆਂ ਵਧੀਆ ਨੇ ਵਿਸ਼ਕਰਮ ਵਾਲਿਆਂ ਦੀਆਂ ਹਾਂਜੀ ਹਾਂ ਮਤਲਬ ਪਹਿਲਾਂ ਸੀ ਜਦੋਂ ਮੈਂ ਛੋਟਾ ਹੁੰਦਾ ਤਾਂ ਇਹ ਕਿਆ ਨਾਲ ਜਾਂਦਾ ਹੁੰਦਾ ਸੀ ਆਪਦੇ ਕਿਆ ਨਾਲ ਜੀ ਅੱਛਾ 45-11 ਟਰੈਕਟਰ ਤੇ ਲਾਈ ਸੀ ਉਹਨਾਂ ਦੀ ਸਿੰਗਲ ਪੱਖੇ ਵਾਲੀ ਜੀ ਠੀਕ ਆ ਉਦੋਂ ਵੀ ਵਿਸ਼ਕਰਮਾ ਚਲਾਈ ਆਈ 3-4 ਸਾਲ ਉਹਨਾਂ ਨਾਲ ਠੀਕ ਆ ਬਸ ਉਦੋਂ ਫਿਰ ਹੁਣ ਇਹ ਵਿਸ਼ਕਰਮਾ ਹੀ ਲੈਣੀ ਆਪਾਂ ਦਾ ਨਹੀਂ ਮਸ਼ੀਨ ਬਹੁਤ ਵਧੀਆ ਹੈਗੀ ਹਾਂਜੀ ਸਾਡਿਆ ਮੈਂ ਤੇ ਸੇਬੀ ਨੇ ਅੱਛਾ ਜੀ ਸਾਡੇ ਕੋਲੇ ਵੀ ਉਦੋਂ ਨਿਊ ਵਿਸ਼ਕਰਮਾ ਵਾਲਿਆਂ ਦੀਆਂ ਸੀਗੀਆਂ ਅੱਛਾ ਜੀ ਵਧੀਆ ਚੱਲਦੀਆਂ ਨੇ ਰੈਲੀਆਂ ਨੇ ਮਸ਼ੀਨਾਂ ਬਾਕੀ ਮਸ਼ੀਨਾਂ ਨੂੰ ਲੋਹਾ ਲੂਹਾ ਵਧੀਆ ਲਾਇਆ ਹੋਇਆ ਹੈਗਾ ਸਾਰੀ ਨੇ ਮਸ਼ੀਨਾਂ ਸਾਰੀ ਨੇ ਮਸ਼ੀਨਾਂ
ਚੱਲਣ 'ਚ ਰੈਲੀਆਂ ਨੇ ਉਹ ਵੇਟ ਦੀਆਂ ਭਾਰੀਆਂ ਨੇਗੀਆਂ। ਅਤੇ ਹੁਣ ਤੁਸੀਂ ਦੇਖ ਲਓ ਸਫਾਈ ਤੁਹਾਡੇ ਸਾਹਮਣੇ ਹੀ ਆ ਜੀ। ਆ ਸਫਾਈ ਪੂਰੀ ਵਧੀਆ ਹੈਗੀ ਅਤੇ ਮੰਨ ਲਓ ਵੀ ਹੁਣ 1700 ਚੱਕਰ ਦੇ ਕਰਕੇ ਛੱਡਿਆ ਜੀ। ਠੀਕ ਆ। ਹਾਂ ਜੀ, 100 ਕੁ ਚੱਕਰ ਭੰਨ ਗਿਆ। ਅੱਜ ਇਹਦੀ ਟੈਂਕੀ ਭਰ ਕੇ ਲਾਇਆ ਸੀਗਾ ਇਹ ਜੀ, ਮੈਂ ਮਿਣ ਕੇ ਪਾਏਗਾ ਤੇਲ। ਠੀਕ ਆ। ਹਾਂ ਜੀ, ਪਤਾ ਲੱਗ ਜੂ ਟਰਾਲੀ ਤੇ ਕਿੰਨਾ ਖਾਂਦਾ ਵੀ ਕਿੰਨਾ ਖਾਂਦਾ ਗਾ। ਠੀਕ ਹੈ। ਸੁਪਰ ਸੀਟਰ ਤੇ ਕਿੰਨਾ ਖਾਂਦਾ ਰਿਹਾ? ਮੈਂ ਤਾਂ ਆਪਣੇ ਬਾਹਣਾ 'ਚ ਦਾ ਖਾਧਾ ਜੀ, ਉਹਨੇ 2.5 ਲੀਟਰ ਤੇਲ। ਡਿੱਗੇ ਦਾ? ਹਾਂ ਜੀ। ਠੀਕ ਆ। ਜਿਵੇਂ ਟਿੱਬੇ ਚੱਲਦੇ ਰੇਸਲੇ ਵਾਹਨ ਸੀਗੇ ਉੱਥੇ ਘਟਾ ਜਾਂਦਾ ਜੀ, ਉੱਥੇ ਘਟਾ ਜਾਂਦਾ। ਹਾਂ ਜੀ, ਮੰਨ ਲਓ ਉਰੇ ਦਾ ਚੱਲਿਆ ਇਹ ਪਹਿਲੇ ਜੀ, ਉੱਥੇ ਦੂਜੇ 'ਚ ਚੱਲੀ ਜਾਂਦਾ ਸੀਗਾ। ਠੀਕ ਆ। ਹਾਂ ਜੀ, ਚੱਲ ਵਧੀਆ। ਹਾਂ ਜੀ, ਬਸ ਦੋਨੇ ਜਾਣੇ ਤੁਸੀਂ ਆਪ ਹੀ ਚਲਾਉਣ ਵਾਲੇ? ਆਪ ਹੀ ਜੀ। ਠੀਕ ਆ। ਲੇਬਰ ਰੱਖ ਲਈ? ਲੇਬਰ ਰੱਖ ਲਈ ਜੀ, ਕਿਵੇਂ ਜਾਂ ਤੇਲੀ ਹੋਣੀ ਨਾ ਮੁੰਡੇ ਨੇ, ਚੱਲ ਵੇਚਦੀ ਇਹ ਆ ਜਾ ਕਰਨਗੇ ਸਾਨੂੰ ਇਹ ਕਹਿੰਦੇ। ਇੱਕ ਤੂੜੀ ਵਾਲਿਆਂ ਦਾ ਇੱਕ ਹੋਰ ਹੁੰਦੀ ਆ ਵੀ ਲੇਬਰ ਵਾਲੇ ਘੱਟ ਰੱਖ ਲੈਂਦੇ ਨੇ ਬੰਦੇ, ਤੁਸੀਂ ਕਿੰਨੇ ਰੱਖੇ ਨੇ? ਅਸੀਂ 7 ਬੰਦੇ ਰੱਖਿਆ ਜੀ। ਫਿਰ ਤਾਂ ਬਹੁਤ ਨੇ। ਹਾਂ ਜੀ, ਕਈ ਵਾਰ ਇੱਕ ਬੰਦਾ ਬਿਮਾਰ ਹੋ ਜਾਂਦਾ ਫਿਰ ਉਹ ਕੰਮ ਖੜ ਜਾਂਦਾ, ਜਾਂ ਕੋਈ ਅਗਲਾ ਕਹਿੰਦਾ ਲਾ ਤੜਦੇ ਨਹੀਂ, ਫਿਰ ਆਪਾਂ ਬੰਦਾ ਇੱਕ ਵੱਧ ਹੀ ਕਿਹਾ ਉਹਨਾਂ ਨੂੰ ਵੀ ਆਪ ਅੰਦਰ ਰੱਖਾਂਗੇ ਬੰਦੇ ਦੋ। ਉਹਨਾਂ ਨਾਲ ਤਾਂ ਟਰਾਲੀਆਂ ਦਾ ਠੇਕਾ ਹੀ ਹੋ? ਠੇਕਾ ਜੀ, ਠੇਕਾ ਜੀ, ਚਾਹੇ 7 ਆ ਜਾਣ ਚਾਹੇ 8 ਆ ਜਾਣ। ਹਾਂ ਜੀ, ਹਾਂ ਠੇਕਾ ਜੀ ਉਹਨਾਂ ਨਾਲ। ਠੀਕ ਆ। ਹਾਂ ਜੀ, ਚਲੋ ਵਧੀਆ। ਹਾਂ ਜੀ, ਕਣਕ ਤਾਂ ਹਜੇ ਫਿਰ ਵੱਢੀ ਜਾਊ ਵਿਸਾਖੀ ਤੋਂ ਬਾਅਦ। ਹਾਂ ਜੀ, ਕਣਕ 18 ਤਰੀਕ ਨੂੰ ਕਿਹਾ ਜੀ। 18 ਨੂੰ? ਹਾਂ ਜੀ, 12 ਨੂੰ ਤਾਂ ਆਜੂ, ਬਹੁਤ ਦਿਨ ਪਏ ਨੇ, ਹੁਣ ਤਾਂ ਬਦਲ ਗਏ ਨਾ ਕਣਕਾਂ ਦੇ, ਬਹੁਤ ਰੰਗ ਬਦਲ ਗਿਆ ਜੀ, ਰੰਗ ਬਦਲ ਗਿਆ ਤੇ ਹੁਣ ਤਾਂ ਮੰਨ ਆ ਜਾਣੀਆਂ ਦਿਨਾਂ 'ਚ ਹੀ। ਹਾਂ ਜੀ, ਹਫ਼ਤੇ ਕੁ ਤੱਕ ਆ ਜਾਣੀ। ਠੀਕ ਹੈ। ਆ ਜਿਹੜੀ ਐ ਡਿੱਗ ਪਈ ਉਹ ਤਾਂ ਥੋੜ੍ਹੀ ਦੋ ਚਾਰ ਦਿਨ ਲੇਟ ਹੋ ਜੂਗੀ, ਪਰ ਜਿਉਂ ਜਿਉਂ ਵਿਸਾਖੀ ਨੇੜੇ ਆਈ ਜਾਣੀਆਂ ਧੁੱਪ ਹੀ ਇੰਨੀ ਤੇਜ਼ ਪੈਣੀ ਹੈਗੀ ਵੀ ਦਿਨ ਲੱਗਣ ਲੱਗ ਜਾਂਦਾ, ਰੰਗ ਬਦਲ ਹੀ ਜਾਂਦਾ ਜੀ, ਹਵਾ ਇੰਨੀ ਕੁ ਉਹ ਚੱਲ ਰਹੀ ਆ ਰੁੱਖੀ। ਠੀਕ ਆ। ਹਾਂ ਜੀ, ਚਲੋ। ਹਾਂ ਜੀ, ਠੀਕ ਹੈ ਭਾਈ। ਹਾਂ ਜੀ, ਤੁਹਾਡਾ ਉਰੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਸਾਰਿਆਂ ਵੱਲੋਂ। ਬਾਈ, ਜੇ ਕਿਸੇ ਨੇ ਤੂੜੀ ਬਣਾਉਣੀ ਹੋਵੇ ਤਾਂ ਕਾਲੇ ਨਾਲ ਸੰਪਰਕ ਕਰ ਸਕਦਾ, ਇਹਦਾ ਮੋਬਾਇਲ ਨੰਬਰ ਕਾਲੇ ਇੱਕ ਵਾਰ ਫੇਰ ਦੱਸ ਦੇ। 97770 ਜੀ, 61000 ਜੀ। 61000 ਤੇ ਰੇਟ ਜੋ ਪਿੰਡ 'ਚ ਚੱਲੂ ਉਹੀ ਰੇਟ ਆ, ਤੇ ਮੰਨ ਲਾ ਵੀ ਕੰਮ ਵਧੀਆ ਕਰਕੇ ਦੇਣਗੇ। ਹਾਂ ਜੀ, ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਸਾਨੂੰ ਦੱਸਿਓ, ਜ਼ਰੂਰ ਦੱਸਿਓ ਜੀ। ਠੀਕ ਹੈ ਜੀ, ਧੰਨਵਾਦ। ਧੰਨਵਾਦ।